एबीसी पंजाब के खबरों के इस बुलेटिन में तुहाडा स्वागत है। पहला अज दीआं मुख खबरां। कनेडा च फसे पंजाबी विद्यार्थियों ने मुख्यमंत्री भगवंत मान नूं लिखी चिट्ठी। बटाला विखे शिवसेना आगू ते चलियां गोलियां। लुधियाणा च दो नकली अफसर गिरफ्तार। फिरोजपुर विखे एक दिन दिहाड़े आड़ती दा कतल। बीजेपी की सूबा सकत्तर नाल हुई धोखाधड़ी। पंजाब सरकार नूं एक होर झटका। सरकारी मुलाजमान नूं टोल टैक्स ते देने पैणगे पैसे। ਅਤੇ ਸਾਬਕਾ ਕਾਂਗਰਸੀ ਵਿਧਾਇਕ ਖਿਲਾਫ ਧੋਖਾਧੜੀ ਦਾ ਕੇਸ ਦਰਜ। ਗ੍ਰਿਫਤਾਰ ਹਾਲੇ ਨਹੀਂ ਹੋਏ। ਹੁਣ ਖਬਰਾਂ ਵਿਸਤਾਰ ਨਾਲ। ਪੰਜਾਬ ਵਿੱਚ ਟਰੈਵਲ ਏਜੰਟਾਂ ਦੀ ਧੋਖਾਧੜੀ ਨਾਲ ਕੈਨੇਡਾ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਜਿਹੜਾ ਖਤਰਾ ਹਾਲੇ ਟਲਿਆ ਨਹੀਂ ਹੈ। ਇਸ ਕਾਰਨ ਕੈਨੇਡਾ ਵਿੱਚ ਫਸੇ ਪੰਜਾਬੀ ਵਿਦਿਆਰਥੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲੈ ਕੇ ਮਦਦ ਮੰਗੀ ਹੈ। ਦੂਜੇ ਪਾਸੇ ਜਿਹੜੇ ਦੋਸ਼ੀ ਏਜੰਟ ਆ ਬ੍ਰਜੇਸ਼ ਮਿਸ਼ਰਾ, ਉਹਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਵਿਦਿਆਰਥੀਆਂ ਨੇ ਪੰਜਾਬ ਸਰਕਾਰ ਨੂੰ ਕੈਨੇਡੀਅਨ ਏਜੰਸੀ ਕੋਲ ਪੱਖ ਰੱਖਣ ਵਾਸਤੇ ਅਪੀਲ ਕੀਤੀ ਆ। ਪੰਜਾਬੀ ਵਿਦਿਆਰਥੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਸਪੈਸ਼ਲ ਟਾਸਕ ਫੋਰਸ ਗਠਿਤ ਕਰਨ ਦਾ ਵੀ ਮੰਗ ਕੀਤੀ ਆ ਕਿ ਜਲਦ ਤੋਂ ਜਲਦ SIT ਜਾਂ STPO ਗਠਿਤ ਕੀਤੀ ਜਾਵੇ ਤਾਂ ਜੋ ਉਹਨਾਂ ਦੀ ਪੂਰੀ ਮਦਦ ਹੋ ਸਕੇ। ਨਾਲ ਦੀ ਨਾਲ ਸਟੂਡੈਂਟ ਦੀ PR ਹੋ ਸਕੇ ਅਤੇ ਉੱਥੇ ਰਹਿਣ ਲਈ ਵਿਵਸਥਾ ਜਿਹੜੀ ਉਹ ਯਕੀਨੀ ਬਣਾ ਸਕੇ, ਇਹਦੇ ਵਾਸਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਰਾਹੀਂ ਅਪੀਲ ਕੀਤੀ ਹੈ। ਵਿਦਿਆਰਥੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੇ ਗਏ ਚਿੱਠੀ ਵਿੱਚ ਕਿਹਾ ਕਿ ਉਹਨਾਂ ਨਾਲ ਜਿਹੜੀ ਧੋਖਾਧੜੀ ਕਰਨ ਵਾਲੇ ਕਈ ਏਜੰਟਸ ਦਾ ਚਿੱਠੀ ਵਿੱਚ ਨਾਮ ਲਿਖਿਆ ਗਿਆ। ਇਹਨਾਂ ਵਿੱਚ ਜਿਹੜੇ ਦੋਸ਼ੀ ਨੇ ਏਜੰਟ ਬ੍ਰਜੇਸ਼ ਮਿਸ਼ਰਾ ਸਮੇਤ ਕੁੱਲ 5 ਏਜੰਟਾਂ ਦੇ ਨਾਮ ਹੈ। ਉਹਨਾਂ ਨੇ ਪੰਜਾਬ ਵਿੱਚ ਰਹਿਣ ਵਾਲੇ ਆਪਣੇ ਪਰਿਵਾਰਾਂ ਦੀ ਆਰਥਿਕ ਮਦਦ ਕੀਤੇ ਜਾਣ ਦੀ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ। ਜਾਣਕਾਰੀ ਅਨੁਸਾਰ ਕੈਨੇਡੀਅਨ ਬਾਰਡਰ ਏਜੰਸੀ ਦੁਆਰਾ ਮਾਮਲੇ ਵਿੱਚ ਕੇਸ ਦਰਜ ਵੀ ਕਰ ਲਿਆ ਗਿਆ। ਦੋਸ਼ੀ ਬ੍ਰਜੇਸ਼ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ। ਬ੍ਰਜੇਸ਼ ਮਿਸ਼ਰਾ ਕੋਲ ਰਜਿਸਟਰਡ ਲਾਇਸੈਂਸ ਨਹੀਂ ਸੀ। ਫਿਲਹਾਲ ਕੈਨੇਡੀਅਨ ਜਾਂਚ ਏਜੰਸੀ ਇਸ ਮਾਮਲੇ ਵਿੱਚ ਸਾਰੇ ਪਹਿਲੂਆਂ 'ਤੇ ਪੜਤਾਲ ਕਰ ਰਹੀ ਹੈ। ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਦੀ ਅਗਵਾਈ ਕਰ ਰਹੇ ਐਕਟਿਵਿਸਟ ਜਸਪ੍ਰੀਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਡਿਪੋਰਟ ਕਰਨ ਤੋਂ ਪਹਿਲਾਂ ਇਸ ਮਸਲੇ ਦੀ ਇੱਕ ਇੱਕ ਕਰਕੇ ਜਾਂਚ ਕੀਤੀ ਜਾਣੀ ਚਾਹੀਦੀ ਹੈ ਔਰ ਵਿਦਿਆਰਥੀਆਂ ਨੂੰ ਖੁਦ ਵੀ ਸਾਬਤ ਕਰਨਾ ਹੋਏਗਾ ਕਿ ਉਹ ਕਿੰਨੇ ਨਿਰਦੋਸ਼ ਨੇ। ਜਸਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬੀ ਸਟੂਡੈਂਟਸ ਨੂੰ ਨਿਰਦੋਸ਼ ਸਾਬਤ ਕਰਨ ਲਈ ਦੋਸ਼ੀ ਏਜੰਟ ਦਾ ਉਹ ਸਟੇਟਮੈਂਟ ਜਾਂ ਇਕਬਾਲੀਆ ਬਿਆਨ ਵੀ ਸਾਹਮਣੇ ਆਉਣਾ ਜ਼ਰੂਰੀ ਹੈ ਜਿਸ ਵਿੱਚ ਉਹ ਧੋਖਾਧੜੀ ਮੰਨ ਰਹੇ ਨੇ। ਇਸ ਤੋਂ ਬਾਅਦ ਹੀ ਕੈਨੇਡਾ ਕਾਨੂੰਨ ਅਨੁਸਾਰ ਪੰਜਾਬੀ ਵਿਦਿਆਰਥੀਆਂ ਦਾ ਕੇਸ ਮਜ਼ਬੂਤ ਹੋ ਸਕਦਾ ਹੈ। ਪੁਲਿਸ ਜ਼ਿਲ੍ਹਾ ਬਟਾਲਾ ਵਿੱਚ ਸ਼ਿਵ ਸੈਨਾ ਨੇਤਾ ਅਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ ਹੈ। ਘਟਨਾ ਵਿੱਚ ਸ਼ਿਵ ਸੈਨਾ ਨੇਤਾ ਰਜੀਵ ਮਹਾਜਨ ਦੇ ਨਾਲ ਨਾਲ ਦੁਕਾਨ ਵਿੱਚ ਮੌਜੂਦ ਉਹਦੇ ਬੇਟੇ ਮਾਨਵ ਅਤੇ ਭਰਾ ਨੀਲ ਮਹਾਜਨ 'ਤੇ ਵੀ ਗੋਲੀਆਂ ਲੱਗੀਆਂ ਨੇ, ਜਿਨ੍ਹਾਂ ਨੂੰ ਬਟਾਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਉਹਨਾਂ ਦੀ ਸਥਿਤੀ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਪੁਲਿਸ ਵੱਲੋਂ ਫਿਲਹਾਲ ਜਿਹੜੀ ਜਾਣਕਾਰੀ ਮਿਲੀ ਹੈ, ਰਜੀਵ ਮਹਾਜਨ ਆਪਣੇ ਭਰਾ ਅਤੇ ਬੇਟੇ ਨਾਲ ਦੁਕਾਨ 'ਤੇ ਬੈਠਾ ਸੀ। ਉਸੇ ਦੌਰਾਨ ਜਿਹੜੇ ਹਮਲਾਵਰ ਅਣਪਛਾਤੇ ਉਹ ਦੁਕਾਨ ਦੇ ਅੰਦਰ ਆਏ ਅਤੇ LED ਦਿਖਾਉਣ ਦੀ ਗੱਲ ਕਰਨ ਲੱਗ ਪਏ। ਕੁਝ ਸਮੇਂ ਬਾਅਦ ਜਿਹੜੇ ਹਮਲਾਵਰ ਬਾਹਰ ਇੱਕ ਚਲਾ ਗਿਆ। ਇਸ ਤੋਂ ਬਾਅਦ ਉਹ ਗਲੀ ਵਿੱਚ ਘੁੰਮ ਰਹੇ ਹੋਰ ਜਿਹੜੇ ਹਮਲਾਵਰ ਆ ਉਹ ਦੁਕਾਨ ਵਿੱਚ ਆ ਗਏ ਅਤੇ ਤਿੰਨਾਂ ਨੇ ਮਿਲ ਕੇ ਲਗਾਤਾਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਗਲੀ ਵਿੱਚ ਲੱਗੇ CCTV ਕੈਮਰਿਆਂ ਰਾਹੀਂ ਦੋ ਹਮਲਾਵਰ ਕੈਮਰੇ ਵਿੱਚ ਜਿਹੜੀਆਂ ਤਸਵੀਰਾਂ ਉਹਨਾਂ ਦੀਆਂ ਕੈਦ ਹੋ ਚੁੱਕੀਆਂ। ਜਿਸ ਸਮੇਂ ਇੱਕ ਹਮਲਾਵਰ LED ਦਾ ਪਤਾ ਕਰਨ ਵਾਸਤੇ ਦੁਕਾਨ ਵਿੱਚ ਗਿਆ ਸੀ ਅਤੇ ਦੂਜੇ ਪਾਸੋਂ ਗਲੀ ਦੇ ਵਿੱਚ ਜਿਹੜੇ ਘੁੰਮਦੇ ਹੋਏ ਉਹ ਦਿਖਾਈ ਵੀ ਦੇ ਰਹੇ ਸੀ। ਦੁਕਾਨ ਦੇ ਅੰਦਰ ਲੱਗੇ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਕਿ ਜਲਦ ਹੀ ਦੋਸ਼ੀਆਂ ਨੂੰ ਪਤਾ ਲਾਇਆ ਜਾਏਗਾ ਅਤੇ ਗ੍ਰਿਫਤਾਰ ਵੀ ਕੀਤਾ ਜਾਏਗਾ। ਘਟਨਾ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਖੁੱਲ੍ਹ ਕੇ ਹਾਲੇ ਪੁਲਿਸ ਅਧਿਕਾਰੀ ਇਸ ਮਸਲੇ ਵਿੱਚ ਕੁਝ ਦੱਸਣ ਨੂੰ ਤਿਆਰ ਨਹੀਂ ਹੈ। ਔਰ ਨਾਲ ਦੀ ਨਾਲ ਇਹ ਵੀ ਮੰਨਿਆ ਜਾ ਰਿਹਾ ਕਿ ਇਸ ਮਸਲੇ ਦੇ ਵਿੱਚ ਜਿਹੜੇ ਗੈਰ ਸਮਾਜੀ ਅਨਸਰ ਉਹਨਾਂ ਦਾ ਵੀ ਹੱਥ ਹੋ ਸਕਦਾ। ਪੁਲਿਸ ਇਸ ਪੱਖ ਤੋਂ ਵੀ ਇਨਕਾਰ ਨਹੀਂ ਕਰ ਰਹੀ। ਪੁਲਿਸ ਦਾ ਕਹਿਣਾ ਕਿ ਫਿਲਹਾਲ ਇਸ ਮਾਮਲੇ ਵਿੱਚ ਕੁਝ ਵੀ ਕਹਿਣਾ ਜਲਦਬਾਜ਼ੀ ਹੋਊਗਾ, ਲੇਕਿਨ ਜਿਹੜੇ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਜਲਦ ਪੁਲਿਸ ਗ੍ਰਿਫਤਾਰ ਕਰ ਲਏਗੀ। ਲੁਧਿਆਣਾ ਪੁਲਿਸ ਨੂੰ ਦੋ ਨਕਲੀ ਅਫਸਰਾਂ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਹੁਣ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਹ ਖੁਦ ਨੂੰ ਲੁਧਿਆਣੇ ਪੁਲਿਸ ਦੇ ਵਿੱਚ ACP ਅਤੇ ਹੋਰ ਵਿਭਾਗਾਂ ਦੇ ਅਫਸਰ ਦੱਸ ਕੇ ਲੋਕਾਂ ਨਾਲ ਠੱਗੀਆਂ ਮਾਰਦੇ ਸੀ। ਦੋਨੇ ਦੋਸ਼ੀ ਲੜਕੀਆਂ ਬਣ ਕੇ ਵੀ, ਕੁੜੀਆਂ ਬਣ ਕੇ ਵੀ ਨੌਜਵਾਨ ਮੁੰਡਿਆਂ ਨਾਲ ਚੈਟਰਿੰਗ ਵੀ ਕਰਦੇ ਸੀ, ਇਹ ਵੀ ਪੁਲਿਸ ਨੇ ਖੁਲਾਸਾ ਕੀਤਾ।
और फिर हनी ट्रैप राही फसा के अपने खाते विच पैसे भी पवा लेंदे सी, उस तो बाद उन्हां नूं ब्लॉक कर देंदे सी। दोनों ख जिहड़े शातर किस्म के दोषी फड़े गए ने, उन्हां विच जिहड़ी शिकायत दर्ज करवाई सी उह भानू प्रताप वालों एक शिकायत दर्ज करवाई सी, उस तो बाद एक नूं गिरफ्तार कर लिया गया। जिहड़ी दोषियों की पहचान आ उह गोपी चंद उर्फ मानव निवासी जनता नगर अते अमरीक सिंह निवासी कोट मंगल के रूप में हुई है। दोषियों ने भानू प्रताप ਨੂੰ ਕਿਹਾ ਸੀ ਕਿ ਉਹ ਉਹਨਾਂ ਨੂੰ ਲੋਨ ਦਵਾ ਦੇਣਗੇ ਔਰ ਉਹਨਾਂ ਦੀ ਉੱਪਰ ਤੱਕ ਪਹੁੰਚ ਹੈ। ਭਾਨੂ ਪ੍ਰਤਾਪ ਉਹਨਾਂ ਦੇ ਭਰੋਸੇ ਵਿੱਚ ਆ ਗਿਆ, ਜਿਸ ਤੋਂ ਬਾਅਦ ਦੋਸ਼ੀਆਂ ਨੇ ਉਸ ਤੋਂ 11,45,000 ਰੁਪਏ ਦੀ ਠੱਗੀ ਮਾਰੀ ਔਰ ਬਾਅਦ 'ਚ ਉਹਨਾਂ ਨੇ 5-6 ਲੱਖ ਰੁਪਏ ਆਪਣੇ ਖਾਤੇ ਵਿੱਚ ਪਵਾਏ ਅਤੇ ਬਾਕੀ ਜਿਹੜੀ ਰਕਮ ਆ ਉਹ ਨਕਦ ਲਈ ਸੀ। ਭਾਨੂ ਪ੍ਰਤਾਪ ਨੇ ਦੱਸਿਆ ਕਿ ਜਿਹੜੇ ਦੋਸ਼ੀਆਂ ਨੇ ਦੱਸਿਆ ਕਿ ਉਸਦਾ ਜਿਹੜਾ ਕਰਜ਼ਾ ਉਹ 97 ਲੱਖ ਦਾ ਪਾਸ ਹੋਇਆ ਔਰ ਜੋ ਰਾਸ਼ੀ ਉਹਨਾਂ ਨੇ ਉਸਦੇ ਖਾਤੇ ਵਿੱਚ ਪਵਾਈ ਆ ਉਹ ਲੋਨ ਕਿਸੇ ਵਜ੍ਹਾ ਨਾਲ ਗਲਤ ਪਾਸ ਹੋਇਆ। ਹੁਣ ਇਨਕਮ ਟੈਕਸ ਜਾਂ ਹੋਰ ਅਧਿਕਾਰੀ ਉਸ 'ਤੇ ਕਾਰਵਾਈ ਕਰ ਸਕਦੇ। ਇਸ ਗੱਲ ਦਾ ਡਰਾਵਾ ਦੇ ਕੇ ਜਾਲੀ ਜਿਹੜੇ ਉਹਨਾਂ ਨੂੰ ਜਿਹੜੇ ਮੈਸੇਜ ਉਹਨਾਂ ਨੂੰ ਭੇਜ ਕੇ ਉਹ ਪੈਸੇ ਠੱਗਦੇ ਰਹਿ ਗਏ। ਦੋਨਾਂ ਦੋਸ਼ੀਆਂ ਨੇ IT ਟੈਕਨੋਲੋਜੀ ਦਾ ਗਲਤ ਇਸਤੇਮਾਲ ਕੀਤਾ। ਔਨਲਾਈਨ ਟ੍ਰਾਂਸਲੇਸ਼ਨ ਦੀ ਮਦਦ ਨਾਲ ਸ਼ਾਤਰ ਇਹਨਾਂ ਠੱਗਾਂ ਨੇ ਅਧਿਕਾਰੀਆਂ ਦੇ ਨਾਮ 'ਤੇ ਪੱਤਰ ਅਤੇ ਮੈਸੇਜ ਤੱਕ ਬਣਾ ਲਏ ਸੀ। ਪੁਲਿਸ ਮੁਤਾਬਕ ਦੋਸ਼ੀਆਂ ਦਾ ਰਿਕਾਰਡ ਜਿਹੜਾ ਹੋਰ ਖੰਗਾਲਿਆ ਜਾ ਰਿਹਾ। ਜਾਂਚ ਵਿੱਚ ਫਿਲਹਾਲ ਸਾਹਮਣੇ ਆਇਆ ਕਿ ਰੋਪੀਆਂ ਦੇ ਨਾਲ ਇੱਕ ਲੜਕੀ ਵੀ ਸ਼ਾਮਲ ਸੀ। ਅਮਰੀਕ ਸਿੰਘ ਅਫਸਰ ਬਣ ਕੇ ਸ਼ਿਕਾਇਤਕਰਤਾ ਦੇ ਨਾਲ ਗੱਲ ਕਰਦਾ ਸੀ ਤਾਂ ਉਸੇ ਨੇ ਭਾਨੂ ਪ੍ਰਤਾਪ ਨੂੰ ਡਰਾਇਆ ਕਿ 97 ਲੱਖ ਰੁਪਏ ਦੇ ਕਾਰਨ ਉਹਨੂੰ ਮੁਸ਼ਕਲਾਂ ਦਾ ਸਾਹਮਣਾ ਆ ਸਕਦਾ। ਇਸੇ ਕਾਰਨ ਭਾਨੂ ਪ੍ਰਤਾਪ ਸਿੰਘ ਨੇ ਡਰ ਦੇ ਮਾਰੇ ਉਹ ਦੋਸ਼ੀਆਂ ਨੂੰ 1,00,000 ਰੁਪਏ ਦੇ ਬੈਠਾ ਅਤੇ ਦੋਸ਼ੀਆਂ ਨੇ ਕੋਲੋਂ ਪੁਲਿਸ ਨੇ 2 ਫੋਨ ਵੀ ਬਰਾਮਦ ਕੀਤੇ ਨੇ। ਜੁਆਇੰਟ ਕਮਿਸ਼ਨਰ ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਇਸ ਗੈਂਗ ਦਾ ਜਿਹੜਾ ਮਾਸਟਰ ਮਾਈਂਡ ਆ ਉਹ ਗੋਪੀ ਚੰਦ ਹੈ। ਉਹ ਇਨਕਮ ਟੈਕਸ ਵਿਭਾਗ ਦੀ ID ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ID ਬਣਾ ਕੇ ਲੋਕਾਂ ਨੂੰ ਠੱਗੀਆਂ ਮਾਰਦਾ ਜਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦਾ ਸੀ। ਅਤੇ ਗੋਪੀ ਚੰਦ ਵੈਸੇ 10 ਜਮਾਤਾਂ ਪਾਸ ਹੈ ਅਤੇ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ। ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਤਲਵੰਡੀ ਭਾਈ ਵਿਖੇ ਦਿਨ ਦਿਹਾੜੇ ਇੱਕ ਆੜ੍ਹਤੀ ਦੀ ਹੱਤਿਆ ਕੀਤੀ ਗਈ। ਉਸਦੇ ਰੋਸ ਵਿੱਚੋਂ ਅੱਜ ਲੋਕਾਂ ਨੇ ਦੁਕਾਨਾਂ ਬੰਦ ਕਰਕੇ ਰੋਸ ਜਤਾਇਆ। ਫਿਲਹਾਲ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਦੁਕਾਨਦਾਰਾਂ ਨੂੰ ਅਤੇ ਪਰਿਵਾਰ ਨੂੰ ਸ਼ਾਂਤ ਕਰਵਾਇਆ, ਪਰ ਦੁਕਾਨਦਾਰਾਂ ਦਾ ਦੋਸ਼ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਗੈਂਗਸਟਰਾਂ ਵੱਲੋਂ ਰੰਗਦਾਰੀ ਮੰਗਣ ਲਈ ਫੋਨ ਕੀਤੇ ਜਾ ਰਹੇ ਨੇ, ਪਰ ਪੁਲਿਸ ਨੇ ਲੋਕਾਂ ਦੀ ਸੁਰੱਖਿਆ ਕਰਨ ਵਿੱਚ ਪੁਲਿਸ ਜਿਹੜਾ ਮਹਿਕਮਾ ਵਾ ਉਹ ਨਾਕਾਮ ਸਾਬਤ ਹੋਇਆ। ਉਹਨਾਂ ਇਹ ਵੀ ਕਿਹਾ ਕਿ ਜੇ ਪੁਲਿਸ ਗੈਂਗਸਟਰਾਂ ਦੇ ਖਿਲਾਫ਼ ਸਖ਼ਤ ਐਕਸ਼ਨ ਲੈਂਦੀ ਤਾਂ ਅੱਜ ਪ੍ਰੇਮ ਕੁਮਾਰ ਦੀ ਹੱਤਿਆ ਨਹੀਂ ਹੁੰਦੀ। ਦੱਸ ਦਈਏ ਕਿ ਸ਼ੁੱਕਰਵਾਰ ਦੁਪਹਿਰ ਦੇ ਸਮੇਂ 9 mm ਪਿਸਟਲ ਤੋਂ ਤਲਵੰਡੀ ਭਾਈ ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਵਿਖੇ ਦੁਕਾਨ 'ਤੇ ਸ਼ਾਮ ਅੰਦਰ ਵੜ ਕੇ ਅੰਧਾਧੁੰਦ ਫਾਇਰਿੰਗ ਕਰਕੇ ਆੜ੍ਹਤੀਏ ਪ੍ਰੇਮ ਕੁਮਾਰ ਦੀ ਹੱਤਿਆ ਕੀਤੀ ਗਈ ਸੀ। ਪੁਲਿਸ ਨੇ ਪ੍ਰੇਮ ਕੁਮਾਰ ਦੀ ਹੱਤਿਆ ਦਾ ਕੇਸ ਆੜ੍ਹਤੀ ਅਮਨ ਲਾਲ ਛਾਬੜਾ ਦੀ ਸ਼ਿਕਾਇਤ 'ਤੇ 2 ਅਣਪਛਾਤੇ ਹਥਿਆਰਿਆਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ। ਪ੍ਰੇਮ ਕੁਮਾਰ ਦੀ ਹੱਤਿਆ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਇਸੇ ਕਰਕੇ ਦੁਕਾਨਦਾਰਾਂ ਨੇ ਪੂਰਾ ਬਾਜ਼ਾਰ ਬੰਦ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ਼ ਰੋਸ ਵਿਅਕਤ ਕੀਤਾ ਹੈਗਾ। ਔਰ ਸਭ ਤੋਂ ਵੱਡਾ ਇਸ ਕਤਲਕਾਂਡ ਦੇ ਵਿੱਚ ਇਸ ਗੱਲ ਦਾ ਵੱਡਾ ਸਵਾਲ ਉੱਠ ਕੇ ਆ ਰਿਹਾ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਗੈਂਗਸਟਰਾਂ ਵੱਲੋਂ ਰੰਗਦਾਰੀਆਂ ਜਾਂ ਕਤਲ ਕੀਤੇ ਜਾ ਰਹੇ ਨੇ, ਉਸ ਮਸਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਤੋਂ ਇਲਾਵਾ ਸਰਕਾਰ ਕਿਉਂ ਨਹੀਂ ਸਖਤੀ ਕਰ ਰਹੀ? ਇਹ ਵੀ ਉੱਥੇ ਲੋਕਾਂ ਨੇ ਜਦੋਂ ਦੁਕਾਨਾਂ ਬੰਦ ਕੀਤੀਆਂ ਨੇ ਅਤੇ ਸਰਕਾਰ ਦੇ ਖਿਲਾਫ਼ ਇਹ ਆਵਾਜ਼ਾਂ ਆ ਰਹੀਆਂ ਸੀ। ਉੱਧਰ ਥਰਾਣਾ ਤਲਵੰਡੀ ਭਾਈ ਦੀ ਇੰਚਾਰਜ ਸ਼ਿਮਲਾ ਰਾਣੀ ਦਾ ਕਹਿਣਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ, ਕਿਸੇ ਨੂੰ ਵੀ ਕਾਨੂੰਨ ਵਿਵਸਥਾ ਦੇ ਨਾਲ ਖਿਲਵਾੜ ਕਰਨ ਦਾ ਮੌਕਾ ਨਹੀਂ ਦਿੱਤਾ ਜਾਊਗਾ। ਪ੍ਰੇਮ ਕੁਮਾਰ ਹੱਤਿਆਕਾਂਡ ਵਿੱਚ ਜੋ ਵੀ ਦੋਸ਼ੀ ਨੇ ਉਹਨਾਂ ਨੂੰ ਪੁਲਿਸ ਜਲਦੀ ਗ੍ਰਿਫਤਾਰ ਕਰ ਲਏਗੀ। ਦੂਜੇ ਪਾਸੇ ਜ਼ਿਲ੍ਹਾ ਫਿਰੋਜ਼ਪੁਰ ਦੇ SSP ਭੁਪਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਜੋ ਵੀ ਕਾਨੂੰਨ ਵਿਵਸਥਾ ਦੇ ਨਾਲ ਖਿਲਵਾੜ ਕਰੇਗਾ ਉਹਨੂੰ ਕਿਸੇ ਵੀ ਕੀਮਤ 'ਤੇ ਛੱਡਿਆ ਨਹੀਂ ਜਾਊਗਾ। ਬਾਜ਼ਾਰ ਬੰਦ ਰਿਹਾ, ਬਾਜ਼ਾਰ ਬੰਦ ਕਰਨ ਕਰਕੇ ਆਮ ਜਿਹੜੇ ਲੋਕਾਂ ਨੂੰ ਉਹਨਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਭਾਰਤੀ ਜਨਤਾ ਪਾਰਟੀ ਦੀ ਸੂਬਾ ਸਕੱਤਰ ਦਮਨ ਸਿੰਘ ਬਾਜਵਾ ਦੇ ਨਾਲ 5 ਕਰੋੜ ਦੀ ਠੱਗੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਹਾਲਾਂਕਿ ਉਹਨਾਂ ਨੂੰ ਮੌਕੇ 'ਤੇ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ, ਜਿਸ ਕਰਕੇ ਪੁਲਿਸ ਨੇ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਦਮਨ ਸਿੰਘ ਬਾਜਵਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਹਨਾਂ ਨੂੰ ਕੋਈ 2 ਵਿਅਕਤੀ ਮਿਲੇ ਸੀ ਜਿਹੜੇ ਆਪਣੇ ਆਪ ਨੂੰ ਕਹਿ ਰਹੇ ਕਿ ਉਹ BJP ਦੇ ਵਿੱਚ ਬਹੁਤ ਉੱਚ ਅਹੁਦੇ 'ਤੇ ਬੈਠੇ ਨੇ, ਉਹਨਾਂ ਦੀ ਬਹੁਤ ਜ਼ਿਆਦਾ ਜਾਣ ਪਛਾਣ ਆ
ਅਤੇ ਜਿਹੜੀ ਪ੍ਰਧਾਨਗੀ ਦੀ ਲਿਸਟ ਬਣੀ ਉਹਦੇ 'ਚ ਤੁਹਾਡਾ ਵੀ ਨਾਮ ਅਗਰ ਪ੍ਰਧਾਨ ਲੱਗਣਾ ਹੈ ਨਿਯੁਕਤ ਹੋਣਾ ਤਾਂ 5 ਕਰੋੜ ਰੁਪਏ ਦਾ ਇੰਤਜ਼ਾਮ ਕਰੋ। ਦਮਨ ਸਿੰਘ ਬਾਜਵਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਜਦੋਂ ਉਹਨਾਂ ਨੂੰ ਸ਼ੱਕ ਪ੍ਰਗਟ ਹੋਇਆ ਤਾਂ ਉਹਨਾਂ ਨੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ। ਉੱਚ ਆਗੂਆਂ ਨੇ ਕਿਹਾ ਕਿ ਅਜਿਹੇ ਨਾਮ ਦਾ ਕੋਈ ਵੀ ਵਿਅਕਤੀ ਨੇ, ਜਿਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਕੀਤੀ ਤਾਂ ਉਹਨਾਂ ਦੀ ਸ਼ਿਕਾਇਤ ਤੋਂ ਬਾਅਦ ਬਠਿੰਡਾ ਪੁਲਿਸ ਨੇ ਵੱਖ ਵੱਖ ਧਾਰਾ ਤਹਿਤ ਕੇਸ ਦਰਜ ਕਰ ਲਿਆ। ਦੋਸ਼ੀਆਂ ਦੀ ਜਿਹੜੀ ਪਛਾਣ ਆ ਹਰੀਸ਼ ਗਰਗ ਨਿਵਾਸੀ ਪਿੰਡ ਕੋਟ ਫੱਤਾ ਅਤੇ ਸੌਰਵ ਜੋਸ਼ੀ ਦੇ ਤੌਰ 'ਤੇ ਹੀ ਆ। ਪੁਲਿਸ ਨੇ ਇਸ ਮਸਲੇ ਦੇ ਵਿੱਚ ਹਰੀਸ਼ ਗਰਗ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਸੌਰਵ ਜੋਸ਼ੀ ਦੀ ਗ੍ਰਿਫਤਾਰੀ ਕਰ ਲਈ ਪੁਲਿਸ ਭਾਲ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਕੈਂਟ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦਮਨ ਸਿੰਘ ਬਾਜਵਾ ਨੇ ਦੱਸਿਆ ਕਿ ਉਹ ਭਾਰਤੀ ਜਨਤਾ ਪਾਰਟੀ ਦੀ ਸੂਬਾ ਸਕੱਤਰ ਹੈ। ਉਸ ਦੀ ਮੁਲਾਕਾਤ ਕੁਝ ਦਿਨ ਪਹਿਲਾਂ ਹਰੀਸ਼ ਗਰਗ ਨਾਲ ਬਠਿੰਡਾ ਵਿੱਚ ਹੋਈ ਸੀ। ਹਰੀਸ਼ ਗਰਗ ਨੇ ਖੁਦ ਨੂੰ ਭਾਜਪਾ ਕਾਰਜਕਾਰਨੀ ਦਾ ਮੈਂਬਰ ਦੱਸਿਆ ਸੀ ਅਤੇ ਉਹਨਾਂ ਕਿਹਾ ਕਿ ਹਾਲ ਹੀ ਭਾਜਪਾ ਪ੍ਰਦੇਸ਼ ਦਾ ਚੁਣਾਵ ਹੋਣ ਵਾਲੀਆਂ ਨੇ ਅਤੇ ਜਿਸ ਕਰਕੇ ਉਹਦੀ ਸੈਂਟਰ ਦੇ ਲੀਡਰਾਂ ਤੱਕ ਪਹੁੰਚ ਆ ਅਤੇ ਅਗਰ ਪੰਜਾਬ ਪ੍ਰਧਾਨ ਉਹ ਤੁਹਾਨੂੰ ਬਣਾ ਸਕਦਾ, ਇਸ ਲਈ ਤੁਹਾਨੂੰ 5 ਕਰੋੜ ਰੁਪਏ ਦਾ ਇੰਤਜ਼ਾਮ ਕਰਨਾ ਪਏਗਾ। ਹਰੀਸ਼ ਗਰਗ ਨੇ ਦਿੱਲੀ ਨਿਵਾਸੀ ਸੌਰਵ ਜੋਸ਼ੀ ਦੇ ਨਾਲ ਗੱਲਬਾਤ ਕਰਵਾਈ, ਜਿਸ ਨੇ ਖੁਦ ਨੂੰ ਭਾਜਪਾ ਦਾ ਇੱਕ ਵੱਡਾ ਨੇਤਾ ਦੱਸਿਆ ਅਤੇ ਵੱਡੇ ਮੰਤਰੀਆਂ ਦੇ ਨਾਲ ਉੱਠਣਾ ਬੈਠਣਾ ਵੀ ਦੱਸਿਆ। ਸ਼ਿਕਾਇਤਕਰਤਾ ਨੇ ਭਾਜਪਾ ਜਿਹੜੇ ਮਹਿਲਾ ਸਚਿਵ ਜਿਹੜੇ ਨੇ ਦਮਨ ਸਿੰਘ ਬਾਜਵਾ, ਉਹਨੇ ਕਿਹਾ ਕਿ ਜਦ ਉਹਨਾਂ ਨੂੰ ਉਹਨਾਂ ਵਿਅਕਤੀਆਂ ਬਾਰੇ ਸ਼ੱਕ ਹੋਇਆ ਤਾਂ ਫਿਰ ਉਹਨਾਂ ਨੇ ਹਾਈਕਮਾਂਡ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੱਸਿਆ ਕਿ ਇਹਨਾਂ 2 ਲੋਕਾਂ ਦਾ ਭਾਰਤੀ ਜਨਤਾ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ। ਦੋਨਾਂ ਦੇ ਖਿਲਾਫ ਫਿਰ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ। ਇਸ ਮਸਲੇ ਦੇ ਵਿੱਚ DSP ਸਿਟੀ 2 ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਸਕੱਤਰ ਦੀ ਸ਼ਿਕਾਇਤ 'ਤੇ ਹਰੀਸ਼ ਗਰਗ ਅਤੇ ਸੌਰਵ ਜੋਸ਼ੀ ਖਿਲਾਫ਼ ਅਲੱਗ ਅਲੱਗ IPC ਤਹਿਤ ਕੇਸ ਦਰਜ ਕਰ ਲਿਆ ਅਤੇ ਹਰੀਸ਼ ਗਰਗ ਨੂੰ ਗ੍ਰਿਫਤਾਰ ਵੀ ਕਰ ਲਿਆ, ਜਿਸ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਔਰ ਰਿਮਾਂਡ ਦੌਰਾਨ ਮੰਨਿਆ ਜਾ ਰਿਹਾ ਕਿ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਸੈਂਟਰ ਸਰਕਾਰ ਵੱਲੋਂ ਪੰਜਾਬ ਨੂੰ ਇੱਕ ਹੋਰ ਝਟਕਾ ਲੱਗਾ ਹੈ। ਪੰਜਾਬ ਸਰਕਾਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਨੈਸ਼ਨਲ ਹਾਈਵੇ 'ਤੇ ਪੈਂਦੇ ਟੋਲ ਟੈਕਸ ਤੋਂ ਛੋਟ ਦੀ ਮੰਗ ਕੀਤੀ ਸੀ। ਸਰਕਾਰ ਦੀ ਤਰਫੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਇੱਕ ਪੱਤਰ ਭੇਜਿਆ ਗਿਆ ਸੀ, ਜੋ ਪੰਜਾਬ ਸਰਕਾਰ ਦਾ ਜਿਹੜਾ ਲੈਟਰ ਆ ਉਹ ਸੈਂਟਰ ਸਰਕਾਰ ਨੇ ਰੱਦ ਕਰ ਦਿੱਤਾ ਹੈ। ਨੈਸ਼ਨਲ ਹਾਈਵੇ ਅਥਾਰਟੀ ਮਤਲਬ NHAI ਨੇ ਪੰਜਾਬ ਸਰਕਾਰ ਦੇ ਇਸ ਮਤੇ ਨੂੰ ਜਾਂ ਇਸ ਅਪੀਲ ਨੂੰ ਠੁਕਰਾ ਦਿੱਤਾ ਹੈ। ਪੰਜਾਬ ਸਰਕਾਰ ਨੇ ਇਸ ਮਤੇ ਨੂੰ ਬੀਤੇ ਦਿਨ ਹੀ ਸਪੈਸ਼ਲ ਇਜਲਾਸ ਦੌਰਾਨ ਵੀ ਪਾਸ ਕੀਤਾ ਸੀ। ਸਰਕਾਰ ਨੇ 8 ਜੂਨ ਨੂੰ ਨੈਸ਼ਨਲ ਹਾਈਵੇ ਅਥਾਰਟੀ ਨੂੰ ਭੇਜੇ ਆਪਣੇ ਆਦੇਸ਼ ਵਿੱਚ ਕਿਹਾ ਸੀ ਕਿ ਐਗਜੀਕਿਊਟਿਵ ਇੰਜੀਨੀਅਰ SDO JE ਪਟਵਾਰੀ, ਜ਼ਿਲ੍ਹੇਦਾਰ, ਡਿਪਟੀ ਕਲੈਕਟਰ ਵਾਟਰਸੁਰ ਜੋ ਆਪਣੀ ਡਿਊਟੀ ਲਈ ਟੋਲ ਬੈਰੀਅਰ ਪਾਸ ਕਰਦੇ ਨੇ ਉਹਨਾਂ ਦਾ ਜਿਹੜਾ ਟੋਲ ਟੈਕਸ ਆ ਉਹ ਫ੍ਰੀ ਕੀਤਾ ਜਾਵੇ। ਪ੍ਰਿੰਸੀਪਲ ਸੈਕਟਰੀ ਵਾਟਰ ਸੋਰਸ ਨੇ ਇਸ ਬਾਰੇ ਹਰਿਆਣਾ ਦੇ ਪੰਚਕੂਲਾ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਰੀਜਨਲ ਆਫਿਸਰ ਨੂੰ ਵੀ ਚਿੱਠੀ ਲਿਖੀ ਸੀ। ਪ੍ਰਿੰਸੀਪਲ ਸੈਕਟਰ ਵਾਟਰ ਸੋਰਸ ਨੇ ਆਪਣੇ ਪੱਤਰ ਵਿੱਚ ਲਿਖਿਆ ਸੀ, ਅਧਿਕਾਰੀਆਂ ਨੂੰ ਡਿਊਟੀ ਪਰਫੋਰਮ ਕਰਨ ਲਈ ਟੋਲ ਪਲਾਜ਼ਾ ਵਾਰ ਵਾਰ ਕ੍ਰੋਸ ਕਰਨਾ ਪੈਂਦਾ, ਇਸ ਕਰਕੇ ਉਹਨਾਂ ਦਾ ਜਿਹੜਾ ਟੋਲ ਟੈਕਸ ਆ ਉਹ ਮਾਫ਼ ਕੀਤਾ ਜਾਵੇ। ਆਪਣੇ ਪੱਤਰ ਵਿੱਚ ਉਹਨਾਂ ਨੇ NHAI ਨੂੰ ਲਿਖਿਆ ਸੀ ਕਿ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਜਿਨ੍ਹਾਂ ਦੀ ਕੈਟਾਗਰੀ ਦੇ ਬਾਰੇ ਸੂਚਿਤ ਕੀਤਾ ਗਿਆ ਉਹਨਾਂ ਨੂੰ ਟੋਲ ਟੈਕਸ ਤੋਂ ਮੁਕਤ ਕੀਤਾ ਜਾਵੇ। NHAI ਦੇ ਜਿਹੜੇ ਖੇਤਰੀ ਅਧਿਕਾਰੀ ਵਿਪਨੇਸ਼ ਸ਼ਰਮਾ ਨੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਕਿਹਾ ਕਿ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼੍ਰੇਣੀਆਂ ਨੈਸ਼ਨਲ ਹਾਈਵੇ ਫੀਲ ਰੂਲ 2008 ਦੇ ਪੈਰਾ 11 ਵਿੱਚ ਦੱਸੇ ਗਏ ਵਿਅਕਤੀਆਂ ਅਧਿਕਾਰੀਆਂ ਆਦਿ ਦੀ ਸੂਚੀ ਵਿੱਚ ਨਹੀਂ ਆਉਂਦੇ, ਜਿਹਦੇ ਚੱਲਦਿਆਂ NHAI ਪੰਜਾਬ ਸਰਕਾਰ ਦੇ ਇਸ ਪ੍ਰਸਤਾਵ ਨੂੰ ਸਵੀਕਾਰ ਨਹੀਂ ਕਰ ਸਕਦੇ। ਪੰਜਾਬ ਸਰਕਾਰ ਨੇ ਇਸ ਪ੍ਰਸਤਾਵ ਨੂੰ ਨੈਸ਼ਨਲ ਹਾਈਵੇ ਅਥਾਰਟੀ ਨੂੰ 8 ਜੂਨ ਨੂੰ ਭੇਜਿਆ ਸੀ, ਪਰ ਇਹ ਜਿਹੜਾ ਅਜਲ ਮੰਗ ਸੀ ਪੰਜਾਬ ਸਰਕਾਰ ਦੀ ਉਹ ਹੁਣ ਸੈਂਟਰ ਸਰਕਾਰ ਨੇ ਮਤਲਬ ਨੈਸ਼ਨਲ ਹਾਈਵੇ ਅਥਾਰਟੀ ਨੇ ਠੁਕਰਾ ਦਿੱਤੀ ਹੈ। ਜਿਹੜਾ ਕਿ ਚਿੱਠੀ ਲਿਖੀ ਗਈ ਸੀ ਪੰਜਾਬ ਸਰਕਾਰ ਵੱਲੋਂ ਕਿ ਐਗਜੀਕਿਊਟਿਵ ਇੰਜੀਨੀਅਰ SDO JE ਪਟਵਾਰੀ, ਜ਼ਿਲ੍ਹੇਦਾਰ, ਡਿਪਟੀ ਕਲੈਕਟਰ ਵਾਟਰਸੁਰ ਜੋ ਆਪਣੀ ਡਿਊਟੀ ਦੇ ਦੌਰਾਨ ਵਾਰ ਵਾਰ ਉਹਨਾਂ ਨੂੰ ਆਉਣਾ ਜਾਣਾ ਪੈਂਦਾ ਅਤੇ ਟੋਲ ਬੈਰੀਅਰ ਪਾਸ ਕਰਨੇ ਪੈਂਦੇ ਨੇ ਅਤੇ ਉਹਨਾਂ ਨੂੰ ਆਪਣੀ ਜੇਬ 'ਚੋਂ ਪੈਸੇ ਦੇਣੇ ਪੈਂਦੇ ਨੇ, ਇਸ ਕਰਕੇ ਉਹਨਾਂ ਦਾ ਵੀ ਟੋਲ ਟੈਕਸ ਫ੍ਰੀ ਕੀਤੇ ਜਾਣ। ਇਹ ਪ੍ਰਿੰਸੀਪਲ ਵਾਟਰ ਰਿਸੋਰਸ ਪੰਜਾਬ ਵੱਲੋਂ ਚਿੱਠੀ ਲਿਖੀ ਗਈ ਸੀ, ਜੋ ਹੁਣ ਨੈਸ਼ਨਲ ਹਾਈਵੇ ਅਥਾਰਟੀ ਨੇ ਇਸ ਚਿੱਠੀ ਨੂੰ ਰੱਦ ਕਰ ਦਿੱਤਾ ਹੈ, ਜਿਸ ਕਰਕੇ ਪੰਜਾਬ ਸਰਕਾਰ ਨੂੰ ਇੱਕ ਹੋਰ ਝਟਕਾ। ਔਰ ਨਾਲ ਦੀ ਨਾਲ ਹੁਣ ਜਿਹਨਾਂ ਅਧਿਕਾਰੀਆਂ ਵਾਸਤੇ ਚਿੱਠੀ ਲਿਖੀ ਗਈ ਸੀ ਕਿ ਉਹਨਾਂ ਨੂੰ ਟੋਲ ਟੈਕਸ ਮਾਫ਼ ਕੀਤਾ ਜਾਵੇ, ਜਿਨ੍ਹਾਂ ਦੇ ਵਿੱਚ ਐਗਜੀਕਿਊਟਿਵ ਇੰਜੀਨੀਅਰ SDO JE ਪਟਵਾਰੀ, ਜ਼ਿਲ੍ਹੇਦਾਰ,
ਡਿਪਟੀ ਕਲੈਕਟਰ ਵਾਟਰ ਸੋਰਸ ਆਦਿ ਨੂੰ ਹੁਣ ਪਹਿਲੇ ਦੀ ਤਰ੍ਹਾਂ ਟੋਲ ਟੈਕਸ ਧਾਰਨਾ ਪਵੇਗਾ। ਲੁਧਿਆਣਾ ਪੁਲਿਸ ਨੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟ ਭਾਈ ਸਮੇਤ 6 ਲੋਕਾਂ ਦੇ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ। ਇਹਨਾਂ 'ਤੇ ਦੋਸ਼ ਇਹਨੇ ਕਿ ਪਰਲ ਚਿੱਟ ਫੰਡ ਘੁਟਾਲੇ ਦੇ ਮੁੱਖ ਦੋਸ਼ੀ ਨਿਰਮਲ ਸਿੰਘ ਭੰਗੂ ਦੇ ਕੇਸ ਖਾਰਜ ਕਰਵਾਉਣ ਲਈ 5 ਕਰੋੜ ਰੁਪਏ ਦਾ ਸੌਦਾ ਕੀਤਾ ਸੀ ਔਰ 3.5 ਕਰੋੜ ਰੁਪਏ ਹਾਸਲ ਕਰਕੇ ਉਹਨਾਂ ਦੇ ਫੋਨ ਬਲੌਕ ਕਰ ਦਿੱਤੇ ਸੀ। ਪੁਲਿਸ ਨੇ ਇਸ ਮਸਲੇ ਦੇ ਵਿੱਚ 3 ਲੋਕਾਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ। ਅਗਰ ਨਿਰਮਲ ਸਿੰਘ ਭੰਗੂ ਦੀ ਗੱਲ ਕੀਤੀ ਜਾਵੇ ਤਾਂ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਨੇ। ਨਿਰਮਲ ਸਿੰਘ ਭੰਗੂ ਦੇ ਰਿਸ਼ਤੇਦਾਰ ਲੁਧਿਆਣਾ ਨਿਵਾਸੀ ਸ਼ਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਭੁੱਚੋ ਮੰਡੀ ਦੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਨੇ ਉਹਨਾਂ ਨੂੰ ਬਠਿੰਡਾ ਜੇਲ੍ਹ ਵਿੱਚ ਮਿਲੇ ਸੀ ਅਤੇ ਸਾਬਕਾ ਵਿਧਾਇਕ ਨੇ ਉਹਨਾਂ ਨੂੰ ਕਿਹਾ ਕਿ ਉਹ ਕੇਸ ਖਾਰਜ ਕਰਵਾ ਸਕਦਾ ਗਾ। ਇਹਨਾਂ ਨੇ ਕੋਟ ਭਾਈ ਨੇ ਵੀ ਕਿਹਾ ਸੀ ਕਿ ਉਸ 'ਤੇ ਵੀ ਚਿੱਟ ਫੰਡ ਦੇ ਕਈ ਕੇਸ ਸਨ ਜਿਸ ਨੂੰ ਉਹਨੇ ਖਤਮ ਕਰਵਾ ਦਿੱਤੇ ਸੀ ਕਿਉਂਕਿ ਉਸਦੀ ਸਰਕਾਰ ਵਿੱਚ ਅੱਛੀ ਪਛਾਣ ਹੈ। ਇਸ ਤੋਂ ਬਾਅਦ ਭੰਗੂ ਤੋਂ ਕੋਟ ਭਾਈ ਨੇ 5 ਕਰੋੜ ਰੁਪਏ ਕੇਸ ਖਾਰਜ ਕਰਨ ਵਾਸਤੇ ਮੰਗੇ। ਤਿਹਾੜ ਜੇਲ੍ਹ ਵਿੱਚ ਬੰਦ ਨਿਰਮਲ ਸਿੰਘ ਨੇ 3.5 ਕਰੋੜ ਰੁਪਏ ਐਡਵਾਂਸ ਦਿੱਤੇ ਅਤੇ 1.5 ਕਰੋੜ ਰੁਪਏ ਬਾਅਦ 'ਚ ਕੰਮ ਹੋਣ ਤੋਂ ਬਾਅਦ ਦੇਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਉਸਨੇ ਗਿਰਧਾਰੀ ਲਾਲ ਤੋਂ ਵਿਆਜ 'ਤੇ 3.5 ਕਰੋੜ ਰੁਪਏ ਲਏ ਜਿਸ ਨੂੰ DDD ਬਣਾ ਕੇ ਅਲੱਗ ਅਲੱਗ ਫਰਮਾਂ ਵਿੱਚ ਪ੍ਰੀਤਮ ਸਿੰਘ ਦੇ ਕਹਿਣ 'ਤੇ ਟ੍ਰਾਂਸਫਰ ਕਰ ਦਿੱਤੇ। ਇਸ ਦੌਰਾਨ ਨਿਰਮਲ ਸਿੰਘ ਭੰਗੂ ਨੂੰ ਪਤਾ ਲੱਗਾ ਕਿ ਪ੍ਰੀਤਮ ਸਿੰਘ ਨੇ ਜਿਹੜੀਆਂ ਕੰਪਨੀਆਂ ਜਾਂ ਫਰਮਾਂ ਵਿੱਚ ਪੈਸੇ ਟ੍ਰਾਂਸਫਰ ਕਰਵਾਏ ਨੇ ਉਹ ਸਾਰੀਆਂ ਫਰਜ਼ੀ ਨੇ। ਪੁਲਿਸ ਨੇ ਪੁੱਛਗਿੱਛ ਤੋਂ ਬਾਅਦ ਧਾਰਾ 406, 420, 467, 468, 471, 120 ਤਹਿਤ ਮਾਮਲਾ ਦਰਜ ਕੀਤਾ ਅਤੇ ਪੁਲਿਸ ਨੇ ਜੀਵਨ ਸਿੰਘ ਨਿਵਾਸੀ ਢੋਲਾ ਤਹਿਸੀਲ ਗਿੱਦੜਬਾਹਾ, ਧਰਮਵੀਰ ਦਲੀਪ ਕੁਮਾਰ ਤ੍ਰਿਪਾਠੀ ਨਿਵਾਸੀ ਕਾਨਪੁਰ ਰੋਡ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਪ੍ਰੀਤਮ ਸਿੰਘ ਕੋਟ ਭਾਈ ਪੁਲਿਸ ਦੀ ਗ੍ਰਿਫਤ 'ਚੋਂ ਬਾਹਰ ਹੈ। ਖਬਰਾਂ ਦੇ ਬੁਲੇਟਿਨ ਵਿੱਚ ਬਸ ਇੰਨਾ ਹੀ, ਪਰ ਤੁਸੀਂ ਇਸੇ ਤਰ੍ਹਾਂ ਬਣੇ ਰਹੋ ABC ਪੰਜਾਬ ਦੇ ਨਾਲ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।